ਨਮਸਕਾਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਸੁਰਿੰਦਰ ਕੰਪਿਊਟਰ ਅਕੈਡਮੀ ਦੇ YouTube ਚੈਨਲ ਤੇ ਤੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ CTET ਦੇ ਨਾਲ ਜੁੜੀ ਹੋਈ ਇੱਕ ਵੱਡੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਆ ਤਾਂ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਤੇ ਜਾਨੀਏ ਸੀ ਟੈਟ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਗਾਇਸ ਮੈਂ ਤੁਹਾਨੂੰ ਦੱਸ ਦਿਆਂ ਕਿ ਸੀ ਟੈਟ ਦਾ ਜਿਹੜਾ ਪੇਪਰ ਸੀ ਉਹ ਕੰਡਕਟ ਕਰਵਾਇਆ ਗਿਆ ਸੀਗਾ ਸਰਕਾਰ ਦੇ ਵੱਲੋਂ ਤੇ ਇਹ ਜਿਹੜਾ ਪੇਪਰ ਸੀਗਾ ਇਹ 15ਵਾਂ ਐਡੀਸ਼ਨ ਸੀਗੀ ਯਾਨੀ ਕਿ ਪਿਛਲੇ 15 ਸਾਲਾਂ ਤੋਂ ਇਹ ਪੇਪਰ ਹੁੰਦਾ ਆ ਰਿਹਾ ਹੈ ਤੇ ਇਹ 15ਵਾਂ ਐਡੀਸ਼ਨ ਦਾ ਜਿਹੜਾ ਐਗਜ਼ਾਮ ਸੀਗਾ ਸੀਟੈਟ ਦਾ ਉਹ ਕੰਡਕਟ ਕਰਵਾਇਆ ਗਿਆ ਸੀ ਸਰਕਾਰ ਵੱਲੋਂ ਜਿਹੜਾ ਕਿ 16 ਦਸੰਬਰ 2021 ਤੋਂ ਲੈ ਕੇ 21 ਜਨਵਰੀ 2022 ਤੱਕ ਚੱਲਿਆ ਸੀਗਾ ਔਰ ਇਹ ਪੇਪਰ ਜਿਹੜਾ ਸੀ ਸ਼ਿਫਟ ਦੇ ਵਿੱਚ ਚੱਲਿਆ ਸੀਗਾ ਔਰ ਇਸ ਦਾ ਜਿਹੜਾ ਨਤੀਜਾ ਹੈ ਜਿਹੜਾ ਇਸ ਦਾ ਰਿਜ਼ਲਟ ਹੈ ਉਹ ਹੁਣ ਜੋ ਆ ਚੁੱਕਾ ਹੈ ਤੇ ਜੇਕਰ ਤੁਸੀਂ ਇਸ ਦੇ ਰਿਜ਼ਲਟ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਡੇ ਸਾਹਮਣੇ ਤੁਹਾਡੀ ਸਕਰੀਨ ਦੇ ਉੱਤੇ ਇੱਕ ਲਿੰਕ ਜਿਹੜਾ ਸੀ ਹਾਈਲਾਈਟ ਕੀਤਾ ਹੋਇਆ ਹੈ ਤੁਸੀਂ ਇਸ ਨੂੰ ਫਿਲ ਕਰਕੇ ਬ੍ਰਾਊਜ਼ ਦੇ ਵਿੱਚ ਫਿਲ ਕਰਕੇ ਤੁਸੀਂ ਆਪਣੇ ਜਿਹੜੇ ਰਿਜ਼ਲਟ ਨੂੰ ਉਹ ਚੈੱਕ ਕਰ ਸਕਦੇ ਹੋ ਤਾਂ ਆਈਏ ਆਓ ਜਾਨੀਏ ਇਸ ਬਾਰੇ ਕੁਝ ਹੋਰ ਗੱਲਾਂ ਸੀਟਟ ਦਾ ਜਿਹੜਾ ਐਗਜ਼ਾਮ ਸੀਗਾ ਇਹਦੇ ਵਿੱਚ ਜੀ ਦੋ ਤਰ੍ਹਾਂ ਦੇ ਪੇਪਰ ਜਿਹੜੇ ਕੰਡਕਟ ਕੀਤੇ ਗਏ ਸਨ ਪੇਪਰ 1 ਤੇ ਪੇਪਰ 2 ਪੇਪਰ 1 ਜਿਹੜਾ ਸੀਗਾ ਉਹ ETT ਦੇ ਲਈ ਕੰਡਕਟ ਕੀਤਾ ਗਿਆ ਸੀਗਾ ਔਰ ਪੇਪਰ 2 ਨੂੰ ਜਿਹੜੇ ਦਿੱਤਾ ਸੀ B.Ed ਵਾਲੇ ਜਿਹੜੇ ਸਟੂਡੈਂਟ ਸੀ B.Ed ਜਿਨ੍ਹਾਂ ਨੇ ਕੀਤੀ ਹੋਈ ਸੀ ਕੈਂਡੀਡੇਟਸ ਦੇ ਲਈ ਮਹैया ਕਰਵਾਇਆ ਗਿਆ ਸੀਗਾ ਪੇਪਰ 1 ਦੇ ਵਿੱਚ ਜਿਹੜੇ ਰਜਿਸਟ੍ਰੇਸ਼ਨ ਜਿੰਨਾ ਕੈਂਡੀਡੇਟਸ ਨੇ ਕਰਵਾਈ ਸੀ ਤਕਰੀਬਨ 19 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਪੇਪਰ 1 ਦੇ ਲਈ ਤੇ ਜੇ ਗੱਲ ਕਰਦੇ ਆ ਪੇਪਰ 2 ਦੀ ਤਾਂ ਪੇਪਰ 2 ਦੇ ਵਿੱਚ 16 ਲੱਖ ਦੇ ਨੇੜੇ ਤੇੜੇ ਜਿਹੜੀ ਆਪਣੀ ਰਜਿਸਟ੍ਰੇਸ਼ਨ ਸੀ ਉਹ ਬੱਚਿਆਂ ਨੇ ਕਰਵਾਈ ਸੀ ਤੇ ਇਹਨਾਂ ਵਿੱਚੋਂ ਜਿਹੜੇ ਅਪੀਅਰ ਹੋਣ ਵਾਲੇ ਕੈਂਡੀਡੇਟ ਸੀਗੇ ਪੇਪਰ 1 ਦੇ ਲਈ ਉਹ ਟੋਟਲ 15 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਸੀਗੇ ਉਹ ਪੇਪਰ ਦੇ ਵਿੱਚ ਅਪੀਅਰ ਹੋਏ ਸੀਗੇ ਜਿੰਨਾ ਵਿੱਚੋਂ 4 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਹਨ ਉਹ ਇਸ ਐਗਜ਼ਾਮ ਨੂੰ ਕੁਆਲੀਫਾਈ ਕੀਤਾ ਹੈ ਜਿਨ੍ਹਾਂ ਨੇ ਠੀਕ ਹੈ ਜੀ ਜਿਹੜੇ ਇਸ ਪੇਪਰ ਨੂੰ ਪਾਸ ਕਰ ਚੁੱਕੇ ਹਨ ਉਹ 4 ਲੱਖ ਦੇ ਨੇੜੇ ਤੇੜੇ ਬੱਚੇ ਹਨ ਤੇ ਪੇਪਰ 2 ਦੀ ਅਗਰ ਗੱਲ ਕਰੀਏ ਤੇ ਉਹਦੇ ਵਿੱਚ ਅਪੀਅਰ ਹੋਣ ਵਾਲੇ ਜਿਹੜੇ ਬੱਚੇ ਸੀਗੇ ਜਿਹੜੇ ਕੈਂਡੀਡੇਟ ਸੀਗੇ ਉਹ 13 ਲੱਖ ਦੇ ਨੇੜੇ ਤੇੜੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਪੇਪਰ ਦਿੱਤਾ ਸੀ ਜਿਹੜੀ ਐਗਜੈਕਟ ਜਿਹੜੀ ਡਿਟੇਲ ਹੈ ਉਹ ਤੁਹਾਡੇ ਜਿਹੜੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਪੇਪਰ 1 ਤੇ ਪੇਪਰ 2 ਦੇ ਵਿੱਚ ਰਜਿਸਟ੍ਰੇਸ਼ਨ ਜਿਹੜੇ ਕਰਵਾ ਚੁੱਕੇ ਬੱਚੇ ਹਨ ਉਹ ਕਿੰਨੇ ਸਨ ਤੇ ਜਿਹੜੇ ਬੱਚਿਆਂ ਨੇ ਪੇਪਰ ਦਿੱਤਾ ਹੈ ਉਹ ਕਿੰਨੇ ਸਨ ਔਰ ਇਸੇ ਤਰ੍ਹਾਂ ਪੇਪਰ 2 ਦੇ ਵਿੱਚ ਜਿਹੜੇ 2 ਲੱਖ ਦੇ ਨਿਰਤੜੀ ਦੇ ਬੱਚੇ ਸੀਗੇ ਉਹਨਾਂ ਨੇ ਆਪਣਾ ਜਿਹੜਾ ਟੈਸਟ ਹੈ ਉਹ ਕਲੀਅਰ ਕਰਕੇ ਮੱਲਾ ਮਾਰੀਆਂ ਹਨ ਤੇ ਦੋਸਤੋ ਜੇਕਰ ਤੁਸੀਂ ਇਸ ਟੈਸਟ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਤੁਸੀਂ ਸਭ ਤੋਂ ਪਹਿਲਾਂ ਕਰਨਾ ਕੀ ਹੈ ਤੁਸੀਂ ਆਪਣੇ ਬ੍ਰਾਊਸ ਨੂੰ ਓਪਨ ਕਰਨਾ ਹੈ ਬ੍ਰਾਊਸ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਤੁਹਾਡੇ ਲਿੰਕ ਜਿਹੜਾ ਅਸੀਂ ਹਾਈਲਾਈਟ ਕੀਤਾ ਹੈ ਸੀ ਪਿੱਛੇ ਵੀ ਦੱਸਿਆ ਉਸ ਚੀਜ਼ ਨੂੰ ਇੱਥੇ ਫਿਲ ਕਰਨਾ ਹੈ ਤੁਸੀਂ ਫਿਲ ਕਰਨਾ ਹੈ ਜੀ ctat.nic.in ਇਹ ਜਿਹੜੀ ਵੈਬਸਾਈਟ ਹੈ ਤੁਸੀਂ ਇੱਥੇ ਫਿਲ ਕਰਨੀ ਹੈ ਤੇ ਜਦੋਂ ਤੁਸੀਂ ਇਸ ਵੈਬਸਾਈਟ ਨੂੰ ਫਿਲ ਕਰਕੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਜਿਸ ਤਰ੍ਹਾਂ ਇੱਕ ਪੇਜ ਜਿਹੜਾ ਹੈ ਅਪੀਅਰ ਹੋਇਆ ਹੈ ਉਸੇ ਤਰ੍ਹਾਂ ਜਿਹੜਾ ਤੁਹਾਡੇ ਸਕਰੀਨ ਦੇ ਉੱਤੇ ਉਹ ਜਿਹੜਾ ਪੇਜ ਹੈ ਉਹ ਅਪੀਅਰ ਹੋਏਗਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਸੀਟ ਐਟ ਦਿਸੰਬਰ ਰਿਜ਼ਲਟ 2021 ਦੇ ਉੱਤੇ ਕਲਿੱਕ ਕਰਨਾ ਹੈ ਜਿਹੜਾ ਤੁਹਾਡੇ ਸਕਰੀਨ ਦੇ ਉੱਤੇ ਆਪਸ਼ਨ ਤੁਹਾਨੂੰ ਦਿਖਾਈ ਦੇ ਰਿਹਾ ਉਸ ਆਪਸ਼ਨ ਦੇ ਉੱਤੇ ਕਲਿੱਕ ਕਰਨਾ ਹੈ ਤੇ ਜਿਵੇਂ ਹੀ ਤੁਸੀਂ ਇਸ ਆਪਸ਼ਨ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਜਿਹੜਾ ਨੈਕਸਟ ਇੰਟਰਫੇਸ ਹੈ ਅਪੀਅਰ ਹੋ ਜਾਏਗਾ ਅਛਿਸਤਰਾ ਦਾ ਜਿਹੜਾ ਇੰਟਰਫੇਸ ਆ ਅਪੀਅਰ ਹੋਏਗਾ ਤੇ ਨੈਕਸਟ ਦੇ ਵਿੱਚ ਤੁਸੀਂ ਕਰਨਾ ਕੀ ਆ ਜੀ ਆਪਣੇ ਰੋਲ ਨੰਬਰ ਨੂੰ ਫਿਲ ਹਾਂਜੀ ਜਿਹੜਾ ਤੁਹਾਡਾ ਐਗਜ਼ਾਮ ਦਾ ਜਿਹੜਾ ਰੋਲ ਨੰਬਰ ਸਿਗਾ ਉਹਨੂੰ ਇੱਥੇ ਫਿਲ ਕਰਨਾ ਹੈ ਔਰ ਫਿਲ ਕਰਨ ਤੋਂ ਬਾਅਦ ਤੁਸੀਂ ਨੈਕਸਟ ਆਪਸ਼ਨ ਜੋ ਕਿ ਤੁਹਾਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ ਸਬਮਿਟ ਦਾ ਉਹਦੇ ਉੱਤੇ ਕਲਿੱਕ ਕਰਨਾ ਹੈ ਤੇ ਜਿਵੇਂ ਹੀ ਤੁਸੀਂ ਸਬਮਿਟ ਦੇ ਆਪਸ਼ਨ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਡਿਕਲੇਅਰ ਹੋ ਜਾਏਗਾ ਤੇ ਇਸ ਸਾਈਟ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਰਿਜ਼ਲਟ ਨੂੰ ਚੈੱਕ ਕਰ ਸਕਦੇ ਹੋ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਵਧੀਆ ਲੱਗੇ ਤਾਂ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਸਾਡੇ ਕਮੈਂਟ ਸੈਕਸ਼ਨ ਦੇ ਥਰੂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਸਾਡੀ ਜਿਹੜੀ ਵੀਡੀਓ ਨੂੰ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਅੱਗੇ ਆਉਣ ਵਾਲੇ ਜਿੰਨੀਆਂ ਵੀ ਲੇਟੈਸਟ ਅਪਡੇਟਸ ਹਨ ਉਹਨਾਂ ਬਾਰੇ ਨੋਟੀਫਿਕੇਸ਼ਨ ਮਿਲਦੀ ਰਹੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ